ਲੋਰੈਂਸ ਬਿਸ਼ਨੋਈ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਗੈਂਗਸਟਰ ਰਹੇ ਨੇ ਉਹਨਾਂ ਨੂੰ ਇੰਟੈਰੋਗੇਟ ਵੀ ਕੀਤਾ, ਜੇ ਦੱਸ ਸਕੋ ਕਿਵੇਂ ਦੀ ਸਾਈਕੀ ਕਿਵੇਂ ਦੀ ਹੁੰਦੀ ਹੈ ਇਹਨਾਂ ਲੋਕਾਂ ਦੀ ਅੰਦਰ ਖਾਤੇ ਤਾਂ ਇਹ ਮੈਂ ਇਹ ਕਹਿੰਦਾ ਕਿ ਆਮ ਇਨਸਾਨ ਤੋਂ ਵੀ ਜ਼ਿਆਦਾ ਡਰਪੋਕ ਨੇ। ਕਿੰਨੀਆਂ ਕੁ ਵਾਰਦਾਤਾਂ ਦੇ ਵਿੱਚ ਖੁਦ ਨੇ ਜਿਹੜੇ ਗੁੰਮਰਾਹ ਕੀਤੇ ਨੌਜਵਾਨਾਂ ਨੂੰ ਭਟਕਾ ਕੇ ਉਹਨਾਂ ਤੋਂ ਵਾਰਦਾਤਾਂ ਕਰਾਉਂਦੇ ਤੇ ਆਪ ਤਾਂ ਖੁੱਡਿਆਂ 'ਚ ਬੈਠੇ ਨੇ, ਕੋਈ ਬਾਹਰ ਭੱਜਿਆ ਹੈ, ਕੋਈ ਜੇਲ੍ਹਾਂ ਦੇ ਖੁੱਡਿਆਂ 'ਚ ਬੈਠਾ ਹੈ। ਡਰਪੋਕ ਨੇ, ਕਾਇਰ ਨੇ, ਜਿਹੜੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ। ਐਕਸਟੋਰਸ਼ਨ ਦਾ ਜਿਹੜਾ ਕਲਚਰ ਸਟਾਰਟ ਕੀਤਾ ਹੈਗਾ, ਜਿਹੜਾ ਮਕਸਦ ਹੈ ਪੈਸੇ ਕਮਾਉਣ ਦਾ ਹੀ ਹੈ, ਅਤੇ ਉਹਦੇ ਵਿੱਚ ਇਹ ਹੈ ਕਿ ਇਹ ਜਿਹੜੇ ਵਲਨਰੇਬਲ ਸੈਕਸ਼ਨਸ ਆਫ ਦੀ ਸੁਸਾਇਟੀ ਹੈਗੇ ਹੈ, ਮਤਲਬ ਉਹਨਾਂ ਨੂੰ ਇਹ ਫੋਨ 'ਤੇ ਧਮਕਾਉਂਦੇ ਨੇ। ਮਕਸਦ ਪਿੱਛੇ ਡਰਾਉਣ ਦਾ ਜ਼ਿਆਦਾ ਹੁੰਦਾ ਔਰ ਪੈਸੇ ਲੈਣ ਦਾ ਘੱਟ ਹੁੰਦਾ। ਫੁੱਟ ਸੋਲਜਰਸ ਹੈ ਇਹਨਾਂ ਦੇ, ਇਹ ਕਾਫੀ ਜਿਹੜੇ ਗਰੀਬ ਘਰਾਂ ਤੋਂ ਬੱਚੇ ਨੇ, ਕੋਈ ਉਹਨਾਂ ਨੂੰ ਨਸ਼ੇ 'ਤੇ ਅਡਿਕਟ ਕਰਕੇ ਉਹਨਾਂ ਨੂੰ ਅਤੇ ਉਹਨਾਂ ਦਾ ਫਾਇਦਾ ਲੈਂਦੇ ਨੇ। ਇਹ ਗੋਇਲ ਸਾਹਿਬ ਤੁਸੀਂ ਵਿੱਚ ਜੇ ਗੱਲ ਕਹੀ ਸੀਗੀ ਕਿ ਲਾਰਜਰ ਦੈਨ ਲਾਈਫ ਦਿਖਾਇਆ ਜਾਂਦਾ ਇਹਨਾਂ ਨੂੰ, ਚਾਹੇ ਉਹ ਲੋਰੈਂਸ ਹੋਵੇ ਜਾਂ ਜਿਹੜੇ ਵੀ ਇਹ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤਾਂ ਓਨਾ ਜ਼ਿਆਦਾ ਮੈਨੂੰ ਲੱਗਦਾ ਕਿ ਕਿਸੇ ਬਹੁਤਾ ਕਿਹਾ ਵੀ ਨਹੀਂ, ਤਾਂ ਕੈਮਰੇ ਦੇ ਵਿੱਚ ਵੀਡੀਓ ਬਣਦੀਆਂ ਨੇ, ਤਾਂ ਇਹਨਾਂ ਦੀ ਜਿਹੜੀ ਉਹ ਸਾਰੀ ਮੂਵਮੈਂਟ ਆ ਉਹ ਗਲੋਰੀਫਾਈ ਹੁੰਦੀ ਹੈ ਜਾਂ, ਪਰ ਤੁਸੀਂ ਕਿਹਾ ਕਿ ਆਮ ਹਿਊਮਨ ਬੀਂਗ ਟਾਈਪ ਹੀ ਨੇ, ਕੋਈ ਐਡੀ ਇਹਨਾਂ ਨੂੰ ਕੋਈ ਵੱਡਾ ਦਿਖਾਉਣ ਦੀ ਲੋੜ ਨਹੀਂ ਹੈਗੀ, ਅਤੇ ਇਹ ਇਹ ਵੀ ਉਵੇਂ ਹੀ ਹੁੰਦਾ ਜਿਵੇਂ ਇੱਕ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਮ ਕੈਦੀ ਦੀ ਹੁੰਦੀ ਆ ਜਾਂ ਇੱਕ ਆਮ ਮੁਜਰਮ ਦੀ ਹੁੰਦੀ ਆ, ਉਹ ਡਰਿਆ ਹੁੰਦਾ ਜਦੋਂ ਪੁੱਛ ਗਿੱਛ ਹੁੰਦੀ ਆ, ਉਹ ਉਹੀ ਸਭ ਕੁਛ ਹੈ। ਬਿਲਕੁਲ ਬਿਲਕੁਲ, ਕੋਈ ਇਹਨਾਂ ਨੂੰ ਤੁਸੀਂ ਮਤਲਬ ਬੇਲੋੜਾ ਇਹਨਾਂ ਨੂੰ ਕਿ ਇਹ ਪਤਾ ਨਹੀਂ ਕਿੱਡੇ ਕੁ ਕੋਈ ਬਹੁਤ ਇਹਨਾਂ ਨੂੰ ਸਰਕਾਰ ਦੇ ਖੰਭ ਲੱਗੇ, ਐਸਾ ਕੁਛ ਨਹੀਂ ਹੈਗਾ। ਦੇ ਆਰ ਮਤਲਬ ਅੰਦਰ ਖਾਤੇ ਤਾਂ ਇਹ ਮੈਂ ਇਹ ਕਹਿੰਦਾ ਕਿ ਆਮ ਇਨਸਾਨ ਤੋਂ ਵੀ ਜ਼ਿਆਦਾ ਡਰਪੋਕ ਨੇ ਇਹ। ਸਿਰਫ ਆਪ ਕਿੰਨੀਆਂ ਕੁ ਵਾਰਦਾਤਾਂ ਦੇ ਵਿੱਚ ਖੁਦ ਨੇ ਜਿਹੜੇ ਆਪਦੇ ਆਪ ਨੂੰ ਇਹਨਾਂ ਦੇ ਲੀਡਰ ਕਹਿੰਦੇ ਨੇ, ਗੈਂਗ ਲੀਡਰ, ਉਹ ਤਾਂ ਐਵੇਂ ਜਿਹੜੇ ਗੁੰਮਰਾਹ ਕੀਤੇ ਨੌਜਵਾਨਾਂ ਨੂੰ ਭਟਕਾ ਕੇ ਉਹਨਾਂ ਨੂੰ ਪ੍ਰਲੋਭਨ ਦੇ ਕੇ ਉਹਨਾਂ ਤੋਂ ਵਾਰਦਾਤਾਂ ਕਰਾਉਂਦੇ ਤੇ ਆਪ ਤਾਂ ਖੁੱਡਿਆਂ 'ਚ ਬੈਠੇ ਨੇ, ਕੋਈ ਬਾਹਰ ਭੱਜਿਆ ਹੈ, ਕੋਈ ਜੇਲ੍ਹਾਂ ਦੇ ਖੁੱਡਿਆਂ 'ਚ ਬੈਠਾ ਹੈ, ਤਾਂ ਅਦਰਵਾਈਜ਼ ਕੋਈ ਐਡਾ ਕੋਈ ਨਹੀਂ ਹੈਗਾ ਕਿ ਇਹਨਾਂ ਨੂੰ ਬੇਲੋੜਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ। ਗੀ ਇਹ ਮਤਲਬ ਮੈਂ ਇਹ ਕਹਾਂ ਕਿ ਇਹ ਡਰਪੋਕ ਨੇ, ਕਾਇਰ ਨੇ, ਜਿਹੜੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ, ਅਤੇ ਜਿਹੜੇ ਲੋਕਾਂ ਦੇ ਮਾਂ ਬਾਪ ਦੇ ਮਾਪਿਆਂ ਦੇ ਬੱਚਿਆਂ ਨੂੰ ਗੁੰਮਰਾਹ ਕਰਕੇ ਇਸ ਗੈਰ ਕਾਨੂੰਨੀ ਰਸਤੇ 'ਤੇ ਧਕੇਲਦੇ ਨੇ, ਅਤੇ ਇਹਨਾਂ ਤੋਂ ਬੁਜ਼ਦਿਲ ਜਾਂ ਇਹਨਾਂ ਤੋਂ ਮਤਲਬ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ। ਆਮ ਤੌਰ 'ਤੇ ਤਾਂ ਯੂਪੀ ਦੇ ਵਿੱਚ ਚੱਲਦਾ ਸੀ ਜਿਹਨੂੰ ਆਪਾਂ ਐਕਸਟੋਰਸ਼ਨ ਕਾਲਸ ਕਹਿ ਲੈਂਦੇ ਹਾਂ, ਰੰਗਦਾਰੀ ਵੀ ਹੁਣ ਕੁਛ ਕਹਿਣ ਲੱਗ ਗਏ, ਚੱਲਣ ਲੱਗ ਗਿਆ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਕਿਉਂਕਿ ਮੈਨੂੰ ਲੱਗਦਾ ਕਿ ਇਹ ਵੀ ਤੁਹਾਡੇ ਨਾਲ ਜੁੜਦਾ ਹੈ ਨਾ, ਤੁਹਾਡੀ ਟਾਸਕ ਫੋਰਸ ਦਾ ਇਹ ਵੀ ਇੱਕ ਚੁਣੌਤੀ ਆ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਆ ਰਹੀ ਹੈ, ਕੋਈ ਡਾਕਟਰ ਹੋਵੇ, ਕੋਈ ਵਪਾਰੀ ਹੋਵੇ, ਇੱਦਾਂ ਦਾ ਬਹੁਤ ਆਉਂਦੀਆਂ ਨੇ, ਵੱਡੇ ਵੱਡੇ ਗੈਂਗਸਟਰਾਂ ਦੇ ਨਾਮ 'ਤੇ ਫੇਕ ਕਾਲਸ ਨੇ, ਕਈ ਸਾਬਤ ਵੀ ਹੋਏ ਨੇ ਕਈ ਵਾਰੀ। ਬਿਲਕੁਲ ਠੀਕ ਹੈ, ਜਿਹੜੀ ਐਕਸਟੋਰਸ਼ਨ ਦੀ ਜਿਹੜੀ ਚੁਣੌਤੀ ਹੈਗੀ ਹੈ, ਇਸ ਨੂੰ ਅਸੀਂ ਅੰਡਰ ਦੀ ਕਾਰਪਟ ਨਹੀਂ ਸਿੱਟ ਸਕਦੇ। ਇਹ ਇਸ਼ੂ ਹੈਗਾ ਹੈਗਾ ਜਿਹਦੇ ਵਿੱਚ ਜਿਸ 'ਤੇ ਅਸੀਂ ਭਲੀ ਭਾਂਤੀ ਅਸੀਂ ਇਸ 'ਤੇ ਜਾਣੂ ਹੈਗੇ ਹਾਂ, ਇਹਦੇ ਉੱਤੇ ਕਾਫੀ ਸੰਜੀਦਗੀ ਨਾਲ ਕੰਮ ਹੋ ਰਿਹਾ, ਕੰਮ ਹੋਇਆ ਵੀ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਤਲਬ ਜਿਸ ਤਰ੍ਹਾਂ 2023 ਦੇ ਵਿੱਚ ਹੀ 200 ਤੋਂ ਵੱਧ ਐਕਸਟੋਰਸ਼ਨ ਦੇ ਫਰੰਟ ਉੱਤੇ ਮਤਲਬ FIR ਦਰਜ ਕੀਤੀਆਂ ਗਈਆਂ ਔਰ 100 ਤੋਂ ਵੱਧ ਲੋਕਾਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਉਹੀ ਬੇਸਿਕਲੀ ਗੱਲ ਤਾਂ ਪੈਸੇ ਕਮਾਉਣ ਦੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਕ੍ਰਿਮੀਨਲਸ ਨੇ ਇਹ ਡਰੱਗ ਦੇ ਧੰਦੇ ਦੇ ਵਿੱਚ ਨੇ, ਇਹ ਗੈਰ ਕਾਨੂੰਨੀ ਹਥਿਆਰਾਂ ਨੂੰ ਖਰੀਦੋ ਫਰੋਕ ਦੇ ਧੰਦੇ ਦੇ ਵਿੱਚ ਨੇ, ਅਤੇ ਇੱਕ ਇਹਨਾਂ ਨੇ ਨਵਾਂ ਜਿਹੜਾ ਹੁਣ ਇਹ ਐਕਸਟੋਰਸ਼ਨ ਦਾ ਜਿਹੜਾ ਕਲਚਰ ਸਟਾਰਟ ਕੀਤਾ ਹੈਗਾ ਉਹਦੇ ਵਿੱਚ ਨੇ ਇਹ ਗੱਲ ਜਿਹੜਾ ਮਕਸਦ ਹੈ ਪੈਸੇ ਕਮਾਉਣ ਦਾ ਹੀ ਹੈ, ਅਤੇ ਉਹਦੇ ਵਿੱਚ ਇਹ ਹੈ ਕਿ ਇਹ ਜਿਹੜੇ ਵਲਨਰੇਬਲ ਸੈਕਸ਼ਨਸ ਆਫ ਦੀ ਸੁਸਾਇਟੀ ਹੈਗੇ ਹੈ ਮਤਲਬ ਉਹਨਾਂ ਨੂੰ ਇਹ ਫੋਨ 'ਤੇ ਧਮਕਾਉਂਦੇ ਨੇ
ਤੇ ਉਹਨਾਂ ਤੋਂ ਇਹ ਐਕਸੋਰਸ਼ਨ ਕਰਦੇ ਨੇ। ਇਹ ਮਿਸਲੈਡ ਯੂਥ ਹੈਗਾ ਜਿਹੜਾ ਇੱਕ ਫੋਕੀ ਸ਼ੋਹਰਤ ਲਈ ਅਤੇ ਇੱਕ ਆਸਾਨ ਰਸਤਾ ਜ਼ਿੰਦਗੀ ਤੋਂ ਮਤਲਬ ਮੇਨ ਸਟ੍ਰੀਮ ਤੋਂ ਹਟ ਕੇ ਇਲੀਗਲ ਰਸਤਾ ਅਪਣਾਉਂਦੇ ਨੇ। ਪੈਸਾ ਕਮਾਉਣ ਦਾ ਮੰਤਵ ਹੈ, ਸ਼ੋਹਰਤ ਕਮਾਉਣ ਦਾ ਮਤਲਬ ਗਲਤ ਤਰੀਕੇ ਨਾਲ ਸ਼ੋਹਰਤ ਮਤਲਬ ਜਿਹੜੇ ਇਹਦੇ ਵਿੱਚ ਇੱਕ ਬੜੀ ਜਿਹੜੀ ਅਸੀਂ ਇਸ ਨੂੰ ਇੰਟਰੋਗੇਸ਼ਨ ਵਿੱਚ ਦੇਖੀ ਹੈ, ਇਹਦੇ ਵਿੱਚ ਇਹ ਜਿਹੜੇ ਇਹਨਾਂ ਦੇ ਫੀਲਡ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਨੂੰ ਫੁੱਟ ਸੋਲਜਰਸ ਹੈ ਇਹਨਾਂ ਦੇ, ਇਹ ਕਾਫੀ ਜਿਹੜੇ ਗਰੀਬ ਘਰਾਂ ਤੋਂ ਬੱਚੇ ਨੇ, ਕੋਈ ਉਹਨਾਂ ਨੂੰ ਨਸ਼ੇ 'ਤੇ ਅਡਿਕਟ ਕਰਕੇ ਉਹਨਾਂ ਨੂੰ ਅਤੇ ਉਹਨਾਂ ਦਾ ਫਾਇਦਾ ਲੈਂਦੇ ਨੇ, ਇਹਨਾਂ ਨੂੰ ਬਾਹਰ ਜਾਣ ਦਾ ਝਾਂਸਾ ਦੇ ਕੇ, ਡਾਲਰਾਂ ਦਾ ਲਾਲਚ, ਹਾਂ ਬਾਹਰ ਜਾਣ ਦਾ ਵੀ ਇਹਨਾਂ ਨੂੰ ਅਸੀਂ ਬਾਹਰ ਲੈ ਜਾਵਾਂਗੇ ਤੁਹਾਨੂੰ। ਕਾਫੀ ਰੁਝਾਨ ਚੱਲਿਆ ਪਿੱਛੇ ਜੇ ਕਿ ਇਹਨਾਂ ਨੂੰ ਪਾਸਪੋਰਟ ਫੇਕ ਪਰਟੀਕੁਲਰ ਰਸਤੇ ਬਣਵਾ ਕੇ ਇਹਨਾਂ ਨੇ ਇਹਨਾਂ ਨੂੰ ਬਾਹਰ ਕੱਢ ਲਿੱਤਾ, ਜਿਹਨਾਂ ਦੇ ਅਸੀਂ ਕਾਫੀ ਅਸੀਂ ਇਹਨਾਂ ਨੂੰ ਸਾਡੇ ਕੋਲ ਕਾਫੀ ਇਸ ਦੀ ਇਨਫੋਰਮੇਸ਼ਨ ਹੈਗੀ ਹੈ, ਇਸ ਫਰੰਟ 'ਤੇ ਅਸੀਂ ਕਾਫੀ ਸਫਲਤਾ ਵੀ ਹਾਸਿਲ ਕੀਤੀ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਗੱਲ ਕਰਾਂਗੀ ਕਿ ਇਹ ਮਿਸਲੈਡ ਯੂਥ ਹੈਗਾ ਜਿਸ ਨੂੰ ਜਿਹੜਾ ਜ਼ਿੰਦਗੀ ਦਾ ਮੰਤਵ ਖੋ ਚੁੱਕਿਆ ਅਤੇ ਜਿਹੜਾ ਦੂਸਰਿਆਂ ਨੂੰ ਵੀ ਗੁੰਮਰਾਹ ਕਰਕੇ ਆਪਣੇ ਜਿਹੜੇ ਨਾਪਾਕ ਇਰਾਦਿਆਂ ਨੂੰ ਅਤੇ ਮਨਸੂਬਿਆਂ ਨੂੰ ਸਿੱਧਾ ਕਰਦੇ ਨੇ।